ਅੱਖਾਂ ਚ ਤੋੜ ਦਾਂਗੇ। ਸਵਾਦ ਕਿਵੇਂ? ਸੱਚੀ ਸਵਾਦ ਆ। ਅੱਗ ਬਾਲਣ ਲੱਗਾ ਬਈ ਇਹ ਤੰਦੂਰ ਚ ਇੱਧਰ ਇੱਧਰ ਰੱਜੀ ਕਰਦੀ ਪਈ ਆ ਬਈ ਆਲੂਆਂ ਦੇ ਵਿੱਚ ਪਾਣੀ ਛੇਕ ਜੇ ਕਰੀ ਜਾਂਦੀ ਚਮਚੇ ਦੇ ਨਾਲ। ਕੀ ਮਤਲਬ ਅੰਦਰ ਤਰ੍ਹਾਂ ਪੱਕ ਜਾਣ ਅੰਦਰੋਂ ਵਿੱਚੋਂ ਕੱਚੇ ਨਾ ਰਹਿਣ। ਇਹ ਵਧੀਆ ਇੱਦਾਂ ਬਾਲ ਵੀ ਸਕਦੇ ਆ ਆਪਾਂ ਫਾਇਦਾ ਹਨਾ। ਤੇ ਸੇਮ ਇੱਧਰ ਲਾਪਰੀ ਅੱਗ ਬਾਲੀ ਜਾਂਦਾ ਵਾ ਨਾਲ ਤੰਦੂਰ ਵੀ ਇਹਨੇ ਪਤਾ। ਇੱਥੇ ਮੋਟਰ ਮੋਟਰ ਚੱਲਦੀ ਆ, ਨਹਾ ਨੂੰ ਜਾਓ ਨਜ਼ਾਰੇ ਨਾ ਟੌਰ ਨਾ ਜਿਵੇਂ ਮਰਜ਼ੀ ਨਹਾਓ। ਪਾਣੀ ਜਾਣ ਡਿਆ ਉੱਧਰ ਨੂੰ, ਉਹ ਗਾਂਹ ਲਾਇਆ ਹੋਇਆ ਵਾ। ਪਾਤਾ ਤੇਲ, ਇਹਨੂੰ ਗਰਮ ਹੋਣ ਦਵਾਂਗੇ, ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ। ਅੱਜ ਗਰਮੀ ਬਹੁਤ ਆ ਯਾਰ, ਡੈਡੀ ਕਹਿੰਦੇ ਹੁੰਦੇ ਵੱਟ ਲੱਗਾ ਅੱਜ, ਅੱਜ ਚੰਗਾ ਵੱਟ ਲੱਗਾ। ਗਾਇਸ ਉਧਰ ਵੇਖੋ ਲਫਾਫਿਆਂ ਨੂੰ ਲਾ ਲਾ ਤੰਦੂਰ ਨੂੰ ਲਾਉਣ ਡਿਆ। ਇਹਨਾਂ ਨੀ ਪਤਾ ਵੀ ਥੱਲਿਓਂ ਅੱਗ ਜਾਣੀ ਚਾਹੀਦੀ ਆ। ਦਹੀਂ ਦਹੀਂ ਪਾ ਤਾ ਹੁਣ, ਦਹੀਂ ਦੇ ਵਿੱਚ ਪਾ ਕੇ ਹੁਣ ਆਪਾਂ ਬਣਾਵਾਂਗੇ। ਇਸ ਤੋਂ ਬਾਅਦ ਇਹਦੇ ਵਿੱਚ ਪਾ ਕੇ ਸਭ ਤੋਂ ਪਹਿਲਾਂ ਮਸਾਲਾ ਪਾ ਦਾਂਗੇ ਕਿਉਂਕਿ ਫਟੂਗਾ ਨਹੀਂ ਵਿੱਚ। ਗੁਮਾ ਦੇਂਗੇ, ਗੁਮਾਵੇ ਕੀ ਪੜੀ ਸਭ ਤੋਂ ਮੇਨ ਲੂਣ ਹੋ ਗਿਆ। ਪੈਣਾ ਹੀ ਪੈਣਾ। ਪਕੌੜੇ ਬਣਨ ਲੱਗੇ ਗਾਇਸ ਆਲੂਆਂ ਦੇ, ਇਹਨਾਂ ਨੂੰ ਤਾਲ ਕੇ ਫੇਰ ਹਨਾ। ਉਹਦੇ ਕੋਲ ਤਾਂ ਅੱਗ ਹੀ ਨਹੀਂ ਲੱਗਦੀ ਪਈ, ਘੰਟਾ ਹੋ ਗਿਆ ਇਹਨੂੰ ਗਾਇਸ ਇਹਨੂੰ ਅੱਗ ਲਾਉਣ ਡਿਆ। ਵੇਖੋ ਅੱਗ ਨਹੀਂ ਲਾਉਣੀ ਆਉਂਦੀ ਇਹਨੂੰ। ਗਾਇਸ ਕਮੈਂਟ ਕਰਿਓ ਵੀ ਇੱਦਾਂ ਲਾਈ ਦੀ ਅੱਗ ਦੱਸਿਓ। ਉਹ ਮੈਂ ਬਲ ਗਈ ਬਲ ਗਈ ਬਲ ਗਈ, ਪਤਾ ਨਹੀਂ ਕਿਉਂ ਨਹੀਂ ਬਲਦੀ ਇਹਦੇ ਤੋਂ। ਵੇਖੋ ਵਿਚਾਰਦਾ ਗਰਮੀ ਨਾ ਬੁਰਾ ਹਾਲ ਇੰਨਾ ਝੋਈ ਜਾਂਦਾ। ਹੋ ਗਏ ਹਨਾ, ਹੁਣ ਇਹਨਾਂ ਨੂੰ ਖੁੱਬਣ ਲੱਗ ਪਿਆ ਚਮਚਾ ਵਿੱਚ ਤੇ ਸਾਰਿਆਂ ਨੂੰ ਕੱਢ ਲੈਣਾ ਬਾਹਰ। ਬਈ ਇੱਥੇ ਨਾ ਰੱਜੀ ਨੇ ਜਿਹੜੇ ਆਲੂ ਬਾਲ ਲਿਆ ਤੇ ਇਹਦੇ ਕੋਲ ਵਿਚਾਰੇ ਕੋਲ ਅੱਗ ਨਹੀਂ ਬਲਦੀ ਪਈ, ਬੋਤਲ ਲੈ ਕੇ ਘੁੰਮੀ ਜਾਂਦਾ ਕਦੀ ਇਹਨੂੰ ਕਦੀ ਉਹਨੂੰ ਸ਼ਰਾਬ ਵਾਲੀ। ਤੇ ਅੱਛਾ ਇੱਦਾਂ ਹੀ ਆ, ਹੁਣ ਬਾਅਦ ਕੀ ਕਰਨਾ? ਚੱਲ ਹੁਣ ਕੀ ਕਰਨ ਲੱਗੀ? ਬਸ ਵਿੱਚ ਪਾਈ ਜਾਣੇ ਸਾਰੇ ਪਾਏਗਾ ਨਾ ਇਸ ਕਾ। ਹੁਣ ਇਹਨਾਂ ਨੂੰ ਤਲਣਾ ਵਾ, ਫਿਰ ਕੀ ਕਰਨਾ ਵਾ?
ਤੁੜਕਾ ਕੱਟ ਪਈ ਬਸ ਉਹਦੇ ਕੋਲ ਅੱਗ ਹੀ ਨੀ ਬਲਦੀ ਪਈ ਡੰਡੇ ਜਿਹੇ ਚੱਕੀ ਫਿਰਦਾ ਵਿਚਾਰਾ ਕਦੀ ਡੰਡਾ ਐਨ ਲੈ ਜਾਂਦਾ ਕਦੀ ਸ਼ਰਾਬ ਦੀ ਬੋਤਲ ਚੱਕ ਲੈਂਦਾ ਕੁਛ ਨੀ ਲੱਭਦਾ ਵਾ ਇੱਥੇ ਸਾਪਣਾ ਹੋਵੇ ਵੜਿਆ ਮਗਰ ਨਾ ਲੱਗ ਜੇ ਅੱਗ ਬਾਲਣ ਦਾ ਪੂਰਾ ਪ੍ਰਯਾਸ ਪਰ ਨਹੀਂ ਬਲਦੀ ਡੰਡੇ ਜੇ ਤੋੜੀ ਜਾਂਦਾ ਵਾ ਐਵੇਂ ਵਿਚਾਰਾ ਘੁੰਮੀ ਜਾਂਦਾ ਐਨੂੰ ਤੋਣੂੰ ਆ ਮੈਂ ਵੱਡੀਆਂ ਵੱਡੀਆਂ ਲੱਕੜਾਂ ਹੀ ਚੱਕੀ ਜਾਂਦਾ ਵੀ ਜਿਹੜੀਆਂ ਛੋਟੀਆਂ ਨੂੰ ਲੱਗਦੀ ਤੇ ਵੱਡੀਆਂ ਨੂੰ ਕਿੱਥੋਂ ਲੱਗ ਜੂ ਇਹਨੂੰ ਇੰਨਾ ਸਮਝਾਓ ਪਹਿਲਾਂ ਹੁਣ ਵੱਡੀ ਕੱਢ ਲਿਆ ਆ ਤੇ ਤੈਨੂੰ ਨੀ ਪਤਾ ਗਿੱਲੀਆਂ ਕਿਉਂ ਲਾਈਆਂ ਵਿੱਚ ਹੈ ਹੁਣ ਹੱਥਾਂ ਨਾਲ ਪਾੜੀ ਜਾਂਦਾ ਇਹ ਵੀ ਨੀ ਪਤਾ ਵੀ ਮੈਂ ਕੁਹਾੜੀ ਲਿਆ ਚੱਲ ਕੋਈ ਨੀ ਇੱਕ ਅੱਧੇ ਦਿਨ ਅੱਗ ਬਾਲੀ ਜਾਊਗੀ ਚੱਲ ਕੋਈ ਨੀ ਬੜੇ ਚਿਰ ਦਾ ਲੱਗਾ ਹੋਇਆ ਧੂੰਆਂ ਜਿਹਾ ਹੀ ਕੀਤਾ ਹੋਇਆ ਉਹ ਦੇਖੋ ਵਿੱਚ ਵਿੱਚ ਵੇਖੋ ਚਲਾ ਭਾਵਾਂ ਤੋੜ ਦੇਵੇ ਫੇਰ ਡੈਡੀ ਤੋਂ ਛਿੱਤਰ ਖਾਊਗਾ ਵੇਖੋ ਕੋਈ ਹਾਲ ਆ ਇਹ ਲਾ ਦੀ ਪਿੱਛੇ ਓ ਨੋ 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 ਚਲੋ ਬਈ ਲੱਕੜ ਵੀ ਨੀ ਟੁੱਟੀ ਚਲੋ ਇੱਧਰ ਰੱਜੀ ਆਪਦਾ ਕੰਮ ਕਰਦੀ ਪਈ ਇੱਧਰ ਚਲੋ ਕੰਮ ਹੋਈ ਜਾਂਦਾ ਸਾਰਾ ਉੱਧਰ ਕੰਮ ਔਖਾ ਹੀ ਆ ਕਿਉਂ ਚਲੋ ਕਹਿੰਦੇ ਆ ਸ਼ਾਇਦ ਸਕਸੈਸਫੁਲ ਹੋ ਜਾਵੇ ਪਾੜ ਲਈ ਲੱਕੜ ਓਏ ਬਰੀਕ ਇੱਕ ਬਰੀਕ ਕਟਿੰਗ ਕਰ ਲੈਣੀ ਸਾਰੇ ਹਨਾ ਇੰਨਾ ਕੀ ਪਾਉਣਾ ਕਿ ਹੋਰ ਵੀ ਪਾਉਣਾ ਬਹੁਤ ਆ ਹਨਾ ਤੇ ਸ਼ਿਮਲਾ ਮਿਰਚ ਵੀ ਪਾ ਲੈਣੀ ਸ਼ਿਮਲਾ ਮਿਰਚ ਵੀ ਪਾਈ ਮਾਰ ਮੂਰ ਕੇ ਕੰਧਾਂ ਹੀ ਤੋੜ ਦੇ ਗਏ ਹੁਣ ਬੋਲ ਹੁਣ ਥੋੜੇ ਚਿਰ ਨੂੰ ਦੱਸਦਾ ਹੁਣ ਪੈਟਰੋਲ ਵੀ ਪਾ ਤਾ ਵਾ ਵੇਖਦੇ ਹਾਂ ਹੁਣ ਅੱਗ ਬਲ ਗਈ ਆ ਕਿ ਨਹੀਂ ਵੈਸੇ ਤਾਂ ਬਲੀ ਹੋਈ ਆ ਇੱਧਰ ਰੱਜੀ ਕੱਟ ਲੈਣ ਲੱਗੀ ਤੁੜਕਾ ਵੀ ਤੇਲ ਪਾਈ ਜਾਂਦਾ ਪੈਟਰੋਲ ਭਾਵਾਂ ਬੋਤਲ ਨੂੰ ਲਵਾ ਲਵੇ ਜਰਮਨੀ ਅੱਗ ਬਲੀ ਚਲੋ ਹੁਣ ਕਹਿੰਦਾ ਵੀ ਡੀਜ਼ਲ ਹੋਣਾ ਚਾਹੀਦਾ ਚਲੋ ਫਿਰ ਅੱਗ ਬਾਲਤੀ ਦੂਸਰੀ ਚ ਵੀ ਅੱਗ ਬਾਲ ਦੇ ਸਾਰਾ ਮੇਰਾ ਜੇ ਕੰਮ ਔਖਾ ਚੁੱਲ੍ਹੇ ਚ ਵੀ ਅੱਗ ਬਾਲ ਮੈਂ ਅੱਗਾਂ ਬਾਲਦੇ ਕਵਲਾ ਹੋ ਗਿਆ ਮੰਦਾ ਅਮਨ ਪ੍ਰੋਫੈਸ਼ਨਲ ਮਿਲਿਆ ਅੱਗ ਨੀ ਬਾਲਣੀ ਜਿਹੜੀਆਂ ਲੱਕੜਾਂ ਉਹ ਗਿੱਲੀਆਂ ਵਾ ਆ ਬਾਲੀਆਂ ਵੀ ਗਿੱਲੀਆਂ ਵਾ ਕਿਹਾ ਸਾਰਾ ਕੁਛ ਚਲੋ ਆ ਬੈਠੀ ਹੋਈ ਆ ਕੀ ਲੈ ਚੀਆਂ ਅੱਛਾ ਆ ਕੁਛ ਪੈਣਾ ਵਾ ਵਿੱਚ ਮਿਰਚਾਂ ਟਮਾਟਰ ਬੋਤਲ ਵੀ ਸਿੜਤੀ ਚਲੋ ਫਾਈਨਲੀ ਲਾਪਰੀ ਸਕਸੈਸਫੁਲ ਹੋ ਗਿਆ ਅੱਗ ਬਾਲਣ 'ਚ ਸਾਰਾ ਮੁਰਸਲ ਦਾ ਤੇਲ ਖਤਮ ਕਰਤਾ ਇਹਨੇ ਅਤੇ ਅੱਗ ਬਾਲਤੀ ਚਲੋ ਹੋਊਗਾ ਅੱਧਾ ਕੱਪ ਨਹੀਂ ਕੱਢਿਆ ਚਲੋ ਜਿਵੇਂ ਮਰਜ਼ੀ ਅੱਗ ਬਲ ਗਈ ਚਲੋ ਹੁਣ ਤੰਦੂਰ ਤਪ ਜੂਗਾ ਹੁਣ ਇੱਧਰ ਲਾਉਣ ਡਿਆ ਹੁਣ ਅੱਗ ਹੁਣ ਇੱਧਰ ਸਟਰਗਲ ਚੱਲੂ ਇਹਦਾ ਯਾਰ ਮੈਂ ਤਾਂ ਉਮਰ ਹੀ ਕੱਢਤੀ ਅੱਗ ਗੁਰੂ ਅੱਗ ਬਾਲਣ ਲਈ ਨਾ ਮੈਂ ਤੈਨੂੰ ਦੱਸੂਗਾ ਇੱਕ ਚੀਜ਼ ਆਈਟਮ ਆਉਂਦੀ ਬੜੀ ਘੈਂਟ ਹਾਂ ਪਾ ਜਲਦੀ ਬਣਾ ਲਾ ਹੁਣ ਇੰਨੀ ਅੱਗ ਪੱਤਾ ਵੀ ਪਾ ਦਾ
ਅਦਰਕ। ਚਲੋ ਗੈਸ ਲੱਕੜਾਂ ਲਿਆਇਆ ਵਾ, ਆ ਜਿਹੜੇ ਇਕੱਠੇ ਬੰਦੇ ਰਹਿੰਦੇ ਆ ਇਹਨੇ ਉਹ ਵੀ ਤੋੜਤੇ। ਚਲੋ ਜੀ, ਕਿਤਾਬ ਨੀ ਛੱਡੀ ਇੱਥੇ, ਅੱਗ ਕੀ ਬਲਣੀ। ਇਕੱਠੇ ਹੋ ਕੇ ਰਹਿਣ ਦਾ ਵੀ ਇਹ ਕਹਿੰਦਾ ਕੋਈ ਫਾਇਦਾ ਨੀ, ਆਪ ਟੁੱਟ ਜਾਂਦੇ ਆ। ਹਾਂ ਅੱਗੋਂ ਆਮਚੂਰ ਦਾ ਪਾਊਡਰ, ਘੁਮਾ ਦੇ ਜਲਦੀ ਜਲਦੀ। ਵਾਹ, ਤੈਨੂੰ ਪਤਾ ਮੈਂ ਰੋਟੀ ਨੀ ਖਾ ਕੇ ਆਇਆ, ਮਜ਼ਾ ਆਊਗਾ ਇੱਥੇ ਮੋਟਰ ਤੇ ਖਾ ਕੇ। ਰਜੀ ਆਪ ਤਲੇ ਹੋਣਗੇ ਚੰਗੀ ਤਰ੍ਹਾਂ ਹੈ ਨਾ, ਉਹ ਉਬਲੇ ਹੋਣਗੇ ਮਤਲਬ ਕੱਚੇ ਤਾਂ ਨਹੀਂ ਆ। ਰੈਡੀ? ਚਲੋ ਗਾਇਸ ਡੰਮ ਆਲੂ ਤਿਆਰ ਹੁਣ, ਨਾ ਆਪਣੀਆਂ ਦੂਜੀਆਂ ਰੋਟੀਆਂ ਲਾਉਣੀਆਂ, ਪਤਾ ਲੱਗ ਗਿਆ ਨਾ ਤੰਦੂਰੀ, ਤੰਦੂਰ ਤਪ ਲੈਣ ਦਿਓ ਬਸ। ਲਾਤੀ ਲੱਗਣ ਵੀ ਲਾਪੀਆਂ, ਚਮਟਾ ਲੱਭ ਗਿਆ ਵਾ ਕਿੱਥੇ ਆ? ਹਾਂ ਮੈਂ ਦਿੱਤਾ ਹੈ। ਹਾਂ ਵੇਖ ਲਾਪਰੇ ਨੂੰ ਕਿੰਨੀਆਂ ਓਏ ਵਧੀਆ ਲਾਉਣੀਆਂ ਆ ਗਈਆਂ ਇਹਨੂੰ ਹਨਾ। ਮਿਹਨਤ ਬਹੁਤ ਕੀ ਆ ਫੁਲਕਾ ਪਕਾਉਣੇ ਦਾ, ਕੰਮ ਜਾਤੇ ਵੀ ਆ ਪਕੜ ਚਲੀ। ਜ਼ਿਆਦੀ ਨਹੀਂ ਕਰਤੀ ਇਹਨੇ, ਸਹੀ ਆ ਜੀ ਲਿਆ ਅਗਲਾ। ਚੱਲ ਕੋਈ ਨੀ ਕੋਈ ਨੀ, ਹਾਂ ਸਹੀ ਆ। ਇੰਨੀ ਤਪੱਸਿਆ। ਲਓ ਬਈ ਦਮ ਆਲੂ ਰੈਡੀ ਹੋ ਗਏ, ਬਣ ਗਏ ਆ ਤੇ ਬਹੁਤ ਵੇਖਾਂਗੇ, ਬਾਕੀ ਟੇਸਟ ਤਾਂ ਖਾ ਕੇ ਪਤਾ ਲੱਗਣਾ ਵਾ ਹਨਾ। ਤੇ ਟਮਾਟਰ ਟਮੂਟਰ ਕੱਟ ਲਵੇ ਰੱਜੀ, ਫਿਰ ਆਪਾਂ ਖਾਂਦੇ। ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ, ਤੇ ਅੱਜ ਆਪਾਂ ਆਏ ਹਾਂ ਮੋਟਰ ਦੇ ਉੱਤੇ, ਠੀਕ ਆ ਜੀ। ਮੋਟਰ ਦੇ ਉੱਤੇ ਰਹੀਦਾ ਜ਼ਿਆਦਾਤਰ ਕਿਉਂਕਿ ਗਰਮੀ ਬਹੁਤ ਆ ਘਰਾਂ ਦੇ ਵਿੱਚ, ਤੇ ਏਸੀ ਲਾ ਕੇ ਸਾਰੇ ਸੁੱਤੇ ਹੋਏ ਆ, ਤੇ ਅਸੀਂ ਆਏ ਹਾਂ ਨੈਚੁਰਲ ਹਵਾ ਲੈਣ, ਤੇ ਜਿਸ ਕਾਰਨ ਤੁਹਾਡੇ ਸਾਹਮਣੇ ਨਹਾਉਂਦਾ ਪਿਆ ਵਾ। ਠੰਡੀ ਮੋਟਰ, ਠੰਡਾ ਪਾਣੀ ਅੰਦਰ, ਐਨ ਠੰਡਕ ਫੀਲ ਹੁੰਦੀ ਆ ਸਰੀਰ ਨੂੰ ਪੂਰੇ, ਕਿਉਂਕਿ ਗਰਮੀ ਬਹੁਤ ਜ਼ਿਆਦੀ ਆ। ਚਲੋ ਗਾਇਸ ਬਿਲਕੁਲ ਦੇਸੀ, ਕੋਈ ਮੱਖਣ ਨਹੀਂ, ਕੋਈ ਕੁਛ ਨਹੀਂ, ਮੋਟਰ ਤੇ ਕੋਈ ਮੱਖਣ ਦੀ ਵਿਵਸਥਾ ਨਹੀਂ। ਖਾ ਕੇ ਦੱਸ ਬਈ ਕਿੰਨੀ ਸਵਾਦ ਆ ਮੱਖਣ ਤੋਂ ਬਿਨਾ। ਯਾਰ ਬੜੀ ਬੇਤਰਜ਼ੀ ਨਾਲ ਇੰਤਜ਼ਾਰ ਸੀ ਗੋਲਾ ਮੇਰਾ। ਰੁਕ ਜਾ, ਸਵਾਦ ਕਿਵੇਂ? ਬਹੁਤ ਘੈਂਟ, ਮੈਂ ਕਿਹਾ ਮੈਂ ਖਾ ਕੇ ਵੇਖੀ ਸਿਰਾ ਲਾ। ਸੱਚੀ ਸਵਾਦ ਆ, ਦੇਖਣ ਚ ਹੋਰ ਜੀ ਲੱਗਦੀ ਨਾ ਸਬਜ਼ੀ, ਹਾਂ ਪਰ ਖਾਣ ਚ ਸਵਾਦ। ਕਿਉਂ ਹੋਰ ਜੀ ਕਿੱਦਾਂ, ਤੁਹਾਨੂੰ ਪਤਾ ਹੀ ਨਹੀਂ ਹੈ ਕਿੱਦਾਂ ਦੀ ਹੁੰਦੀ? ਮੈਨੂੰ ਆਪ ਨੂੰ ਨਹੀਂ ਵੈਸੇ ਪਤਾ ਸੱਚੀ, ਸਾਨੂੰ ਵਧੀਆ ਲੱਗਦਾ। ਤੇ ਗਾਇਸ ਹੁਣ ਆਪਾਂ ਖਾ ਕੇ ਦੇਖਦੇ ਹਾਂ।
ਖੱਟਾ ਖੱਟਾ ਸਵਾਦ ਦਹੀਂ ਦਾ, ਘੱਟ ਮਿੱਠਾ ਸਵਾਦ ਲੱਗੂ ਬਹੁਤ। ਚਲੋ ਬਈ ਹੁਣ ਜਿਹੜੀਆਂ ਰੋਟੀਆਂ ਲਾਪਰੀ ਲਾਉਂਦਾ ਪਿਆ ਵਾ ਤੇ ਇੱਥੇ ਆਪਣੇ ਮੁੰਡਾ ਕੰਮ ਲੱਗਾ ਹੋਇਆ ਵਾ ਉਹਦੇ ਲਈ ਸਪੈਸ਼ਲ। ਕਿੱਧਰ ਗਿਆ ਵਾ? ਓ ਗਿਆ, ਇੱਕ ਮਿੰਟ, ਓ ਗਿਆ ਬਈ, ਉਹਦੇ ਲਈ ਲਾਉਣ ਡਏ ਹਾਂ ਹੁਣ। ਬਾਕੀ ਤਾਂ ਵੈਸੇ ਅਸੀਂ ਚੱਲੇ ਸੀਗੇ ਲਾਪਰੀ, ਹੁਣ ਵੇਖੋ ਕੁੜੀਆਂ ਇਕੱਲਾ ਹੀ ਲਾਈ ਜਾਂਦਾ, ਆਪ ਹੀ ਵੇਲ ਕੇ ਤਾਂ ਆਪ ਹੀ ਇਹਨੇ ਉਹਦੇ ਲਈ ਪਕਾ ਦੀਆਂ, ਉਹਨਾਂ ਘਰੇ ਜਾ ਕੇ ਉਹਨੂੰ ਦੇਣੀਆਂ ਸੀ ਤਾਂ ਲਾਪਰੀ ਕਹਿੰਦਾ ਤਾਂ ਪਕਾ ਕੇ ਖਵਾ ਹੀ ਜਾਈਏ ਉਹਨੂੰ। ਰੈਡੀ ਆ ਸਾਰਾ ਕੁਛ? ਇਲਾਚੀ ਵਾਲੀ ਚਾਏ ਦਾ ਪਿਆਲਾ, ਬਹੁਤ ਸੋਹਣਾ ਨਾ ਮੰਮੀ, ਮੌਸਮ ਹੋ ਗਿਆ ਠੰਡਾ ਠੰਡਾ। ਤੇ ਉਧਰ ਦੇਖੋ ਜਾਮ ਨੂੰ ਦੇਖੋ ਡਿੱਗੇ ਰੋਜ਼ ਕੋ ਆਏ ਰੱਸਾ। ਹਾਂ ਮੰਮੀ।